ਇਦਾਂ ਪੈਸੇ ਥੋੜੇ ਥੋੜੇ ਜੋੜਦੇ ਰਿਹਾ ਕਰੋ ਆਪਣੇ ਸ਼ੌਂਕ ਇਹਨਾਂ ਪੈਸੇ ਨਾਲ ਪੂਰੇ ਕਰ ਲਿਆ ਕਰੋ ਆਹ ਵਾਹ ਓਰਿਜਨਲ ਫਿਊਲ ਡਾਰਲਿੰਗ ਫੁਕਰੀ ਸਾਰੇ ਮਾਰਦੇ ਚੀ ਹੈਗੇ ਤੇ ਅਸੀਂ ਅਸਲ ਵਿੱਚ ਢਾਬੇ ਚ ਆਵਾਂ ਪੀਣ ਵਾਲੇ ਆ ਮੈਨੂੰ ਪਹਿਲੇ ਵਾਲੇ ਵੀਲ ਪਾਲਾ ਬੜਾ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਮਿੰਟਾਂ ਚ ਪੁੱਛ ਵੀ ਕੂਲੀ ਪਾਉਂਦੀ ਪਰ ਲੋਕੀ ਡੁਪਲੀਕੇਟ ਫਿਊਲ ਕਾਊਂਟਰ ਪਾ ਪਾ ਕੇ ਤੇ ਓਰਿਜਨਲ ਦੇ ਲਾਉਂਦੇ ਸਟicker ਇੱਥੇ ਓਰਿਜਨਲ ਤੇ ਡੁਪਲੀਕੇਟ ਚ ਬਹੁਤ ਜ਼ਿਆਦਾ ਫਰਕ ਹੁੰਦਾ ਵਾ ਜਣੀ ਮਾਮਾ ਬੂਮ ਬਾਈ ਬਲੈਕ ਜੋ ਕੁਝ ਕਹਿੰਦਾ ਉਹ ਖਾਈਦਾ ਲਓ ਵੀ ਰਾਣੀ ਹੋ ਗਈ ਆਪਣੀ ਤਿਆਰ ਬੂਮ ਤੂੰ ਤਾਂ ਉਤੰਦ ਸਸਰੀਕਾਲ ਜੀ ਸਾਰਿਆਂ ਨੂੰ ਲਓ ਵੀ ਅੱਜ ਆਪਾਂ ਆਪਣੀ ਰਾਣੀ ਦੇ ਵੀਲ ਚੇਂਜ ਕਰਾਵਾਂਗੇ ਸ਼ਿਮਲੇ ਜਾਣ ਕਰਕੇ ਦੇ ਵੀਲ ਚੇਂਜ ਕਰਨੇ ਪਏ 28 ਇੰਚ ਤੋਂ 18 ਇੰਚ ਕਰਨੇ ਪਏ ਤੇ ਕਿਉਂਕਿ ਮੈਨੂੰ ਮੈਸੇਜ ਕਮੈਂਟ ਬੜੇ ਆਏ ਕਿ ਬਈ ਵੀਲ ਕਿਉਂ ਚੇਂਜ ਕਰਾਤੇ ਉਹਦਾ ਕਾਰਨ ਇਹੀ ਸੀ ਕਿ ਹੁਣ 28 ਇੰਚ ਦੀ ਪ੍ਰੋਫਾਈਲ ਸਾਰੀ 30 ਦੀ ਪ੍ਰੋਫਾਈਲ ਹੁੰਦੀ ਆ ਤੇ 18 ਦੀ ਪ੍ਰੋਫਾਈਲ ਜਿਹੜੀ 18 ਇੰਚ ਆਪਾਂ ਵੀਲ ਟਾਇਰ ਪਾਉਂਦੇ ਉਹਦੀ ਘੱਟੋ ਘੱਟ ਵੀ ਗੇਟ ਦੀ ਪ੍ਰੋਫਾਈਲ ਬਣ ਜਾਂਦੀ ਆ ਤੇ ਉਧਰ ਰੋਡ ਇਦਾਂ ਦੇ ਹੁੰਦੇ ਆ ਉਹਦਾ ਕਰਕੇ ਆਪਾਂ ਨੂੰ ਚੇਂਜ ਕਰਨਾ ਪਿਆ ਕਿਉਂਕਿ ਉਹ ਵੀਲ ਹੀ ਬਹੁਤ ਜ਼ਿਆਦਾ ਮਹਿੰਗੇ ਟਾਇਰ ਵੀ ਮਹਿੰਗੇ 4-5 ਲੱਖ ਦੀ ਜੋੜੀ ਆ ਉਹ ਇੱਕ ਵੀਲ ਵੀ ਟੁੱਟ ਗਿਆ ਤੇ ਬਾਜੇ ਇੱਕ ਮਿਲਦਾ ਹੀ ਨਹੀਂ ਆ ਸੋ ਉਹਨੂੰ ਆਪਾਂ ਚੇਂਜ ਕੀਤਾ ਸੀ ਉਦੋਂ ਤੇ ਫਿਲਹਾਲ ਗੁਰੀ ਕਿੰਨੀ ਭੋਲੀ ਲੱਗਣ ਦੀ ਨਾ ਗੱਡੀ ਤਾਂ ਵਿਚਾਰੀ ਜੀ ਤਾਂ ਮਿੰਤਾਂ ਜੀ ਕਰਨ ਦੀ ਯਾਰ ਇਦਾਂ ਨਾ ਕਰੋ ਮੇਰਾ ਮੈਨੂੰ ਪਹਿਲੇ ਵਾਲੇ ਵੀਲ ਪਾ ਦਿਓ ਹੈ ਰਾਣੀ ਆ ਰਾਣੀ ਤੇ ਤਾਂ ਸ਼ਰੀਫ ਲੈ ਦੇਣਾ ਸ਼ਰੀਫ ਹੋ ਗਈਆਂ ਤੂੰ ਸ਼ਰੀਫ ਇਹ ਸ਼ਰੀਫ ਹੈ ਤੂੰ ਹੁਣ ਇਸ ਟਾਈਮ ਤੇ ਇਹਨੂੰ ਲੁੱਚੀ ਬਣਾ ਕੇ ਲਿਆਉਂਦਾ ਮੈਂ ਆਪਣੇ ਵਰਗੀ ਹੈ ਪੈਰਸ ਪਾ ਮੈਨੂੰ ਆਪਣੀ ਡਰਾਈਵਰ ਦੀ ਪੁਰਾਣੀ ਵਾਲੀ ਲੁੱਕ ਚਾਹੀਦੀ ਆ ਬਸ ਦੇਖੋ ਉਹਨੇ ਅੱਧੇ ਘੰਟੇ ਚ ਮਾਰ ਹੈ ਫਰਾਟੇ ਮਾਰਦੀ ਫਿਰ ਗੱਡੀ ਨਹੀਂ ਨਹੀਂ ਆ ਆ ਨਹੀਂ ਮੈਨੂੰ ਬਹੁਤ ਦਿਨਾਂ ਦੇ ਵਿਚਾਰੀ ਇੱਥੇ ਖਲੋਤੀ ਮੈਨੂੰ ਗਾਲਾਂ ਕੱਢੀ ਜਾਂਦੀ ਨੇ ਕਿ ਆ ਮੈਨੂੰ ਕੀ ਬਣਾਤਾ ਤੂੰ ਹੈ ਜਮਾ ਕੋਤੀ ਹੀ ਬਣਾ ਕੇ ਰੱਖਤਾ ਏ ਚਲੋ ਫਿਰ ਚੱਲੀਏ ਰਾਣੀ ਆ ਪਹਿਲਾਂ ਤੈਨੂੰ ਧਮਾਵਾਂਗੇ ਅੱਜ ਤੇਰੀ ਐ ਜਾਮ ਤੱਕ ਰਾਵਾਂਗੇ ਚੰਗੀ ਤਰ੍ਹਾਂ ਫਿਰ ਤੈਨੂੰ ਵੀਲ ਪਾਵਾਂਗੇ ਲੋ ਵੀ ਮੁੰਡੇ ਚੱਲੇ ਆ ਵੀਲ ਪਾਉਣ ਦੇ ਵੀਲਾਂ ਵਾਲਾ ਭਾਉ ਨਾਲ ਹੀ ਬਾਲਿਆ ਅਸੀਂ ਪੈਰਸ ਤੇਲ ਕਨਾ ਗੱਡੀ ਚ ਆਪਾ ਜੀ ਮੰਗੀ ਰੀਅਲ ਲਾ ਲੋ 3 ਕਿਲੋਮੀਟਰ ਤੇਲ ਪਾਈਏ ਜੱਗੇ ਪਾ ਤੇਲ ਹੀ ਪਾਦੇ ਯਾਰ ਕਿੰਨਾ ਤੇਲ ਪਾਈ ਜੱਗੇ ਪਾ ਬੂਮ ਬੂਮ ਤੂੰ ਤਾਂ ਦੇ ਬੂਮ ਤੂੰ ਤਾਂ ਦੇ ਤੁਹਾਨੂੰ ਮੈਂ ਗੱਲ ਦੱਸਦਾ ਮੈਨੂੰ ਚੀਜ਼ ਦੇਖਦੀ ਆ ਢਿੱਲੋਂ ਕੋਈ ਕੰਮ ਨਾ ਕਰਦਾ ਹੋਵੇ ਮੰਨ ਲਾ ਕਿ ਮੈਂ ਜਿੱਦਾਂ ਦੀਆਂ ਆਪਾਂ ਸਟੋਰੀਆਂ ਪਾਈਦੀਆਂ ਉਹ ਕੁਝ ਕਰਦੇ ਰਹੀਦਾ ਤੇ ਕਈ ਕੰਮ ਜਿਹੜੇ ਮੈਂ ਨਹੀਂ ਵੀ ਕਰਦਾ ਉਹ ਤੋਂ ਤਾਂ ਮੇਰੇ ਤੇ ਲੱਗਦੀਆਂ ਜਿੱਦਾਂ ਕਿ ਹੁਣ ਆ ਕੁਲੀ ਪਈ ਜੱਗੇ ਦੀ ਇਹ ਵੀ ਤੋਂ ਤਾਂ ਮੇਰੇ ਤੇ ਲੱਗਣੀ ਹੁਣ ਠੀਕ ਆ ਨਾ ਹਾਂ ਜੱਗੇ ਯਾਰ ਜੇ ਮੈਂ ਕੁਲੀ ਭਲਾਉਂਦਾ ਵਾਂ ਮੇਰੇ ਬੁੱਲਾਂ ਜਾਵੇ ਹਰ ਟਾਈਮ ਤਾਂ ਚੁੱਕੀਆਂ ਬੁੱਲ ਮੜੇ ਜੇ ਇਹ ਕਿ ਦਵਾਈ ਇਹ ਕਿ ਦਵਾਈ ਕੁਲੀ ਭਲਾਉਂ ਕਿੱਥੇ ਆ ਮੈਟਾ ਥੱਲੇ ਲੱਗ ਨਹੀਂ ਪੰਦਾ ਦੱਸ ਜੇ ਮੈਂ ਲਾਉਂਦਾ ਵਾ ਭਰਾ ਜਿਹੜਾ ਕੋਈ ਆਉਂਦਾ ਗੱਡੀ 'ਚ ਨਾਲ ਆਉਂਦਾ ਲਾ ਲੈਂਦਾ ਸੁੱਟ ਜਾਂਦਾ ਆ ਛੱਲਿਆ ਤੂੰ ਮੇਰਾ ਨਾਂ ਲਾਉਂਦਿਆ ਨਾ ਹੁਣ ਜਿਹੜਾ ਕੰਮ ਮੈਂ ਕਰਦਾ ਨਹੀਂ ਆ ਅੱਛਾ ਨਾਂ ਨਾ ਲੱਗਣਾ ਬਾਬਾ ਜੀ ਦਾ ਨਾਂ ਲੱਗਣਾ ਪੈਰਿਸ ਵੀਰ ਦਾ ਨਾਂ ਲੱਗਣਾ ਤੇਰਾ ਉਸਤਾਦ ਤੇ ਬਦਨਾਮ ਮੈਂ ਹੋ ਗਿਆ ਲਾਈਵ ਤੂੰ ਬੁਲਾ ਬੁਰਲਾ ਬੁਲਾ ਕੇ ਫਰਾਟੇ ਮਾਰੀ ਤੇਰੇ ਬਾਹਰ ਆਈ ਆ ਕੁਛ ਕਮੈਂਟਾਂ 'ਚ ਪੁੱਛ ਵੀ ਕੂਲੀ ਪਾਉਂਦੀ ਪਰ ਦੱਸਿਓ ਯਾਰ ਕਮੈਂਟ ਕੇ ਕਹਿੰਦੇ ਬੁਲਾ ਨਹੀਂ ਦਿਖੀ ਤੈਨੂੰ ਕੂਲੀ ਪ ਹੈ ਬਦਨਾਮ ਕੀਤਾ ਚੰਗਾ ਬਦਨਾਮ ਕਹਦਾ ਕੀ ਰੱਖ ਲੂ ਬਦਨਾਮ ਮੈਂ ਹੁੰਦਾ ਬਾਈ ਮੈਨੂੰ ਪਤਾ ਕੀ ਮੈਸੇਜ ਆਉਂਦੇ ਬਾਈ ਕੂਲੀ ਪਲੇ ਗੱਲ ਨਹੀਂ ਸਟੋਰੀ 'ਚ ਆਉਂਦੀ ਆ ਸਾਡੇ ਘਰ 'ਚ ਕਦੀ ਬੀਅਰ ਨਹੀਂ ਐਂਟਰ ਹੋਈ ਸ਼ਰੀਫਾਂ ਦੇ ਜੇ ਦੱਸ ਸਿੱਧੀ ਸ਼ਰਾਬ ਹੀ ਆਉਂਦੀ ਆ ਨਹੀਂ ਸਮਾਨ ਸਮੂਨ ਦੀ ਗੱਲ ਕਰੀਦੀ ਮਾੜਾ ਮੋਟਾ ਨਹੀਂ ਮਪਾਤ ਬੋਲੇ ਉਹਦਾ ਡੱਬਣਾ ਦੇ ਬਈ ਯਾਰ ਆਪਾਂ ਜੋ ਕੁਝ ਕਹਿੰਦਾ ਉਹ ਖਾਈਦਾ ਪਾ ਕੇ ਯਾਰ ਮੈਨੂੰ ਤੋਂ ਤਾਂ ਲੱਗਦੀਆਂ ਨੇ ਜਿਹੜੀਆਂ ਇਹ ਗਲਤ ਆ ਚਲੋ ਜਿਹੜਾ ਕੰਮ ਹੈ ਜਿਹੜਾ ਤੇਲ ਪੋਈ ਕੀਪ ਕਿੰਨੇ ਦਾ ਪੂਣਾ ਤੇਲ ਬੂਮ ਬੂਮ ਤੂੰ ਤਾਂ ਦਿੰਦੇ ਗੱਡੀ ਐਂ ਕਰੀ ਜਾਂਦੀ ਉਹ ਬੂਮ ਬੂਮ ਤੂੰ ਦਿੰਦੇ ਆ ਬੋਲ ਕੇ ਦੱਸਿਆ ਕਿਦਾਂ ਮੈਂ ਬੋਲਾਂ ਬੂਮ ਬੂਮ ਤੂੰ ਤਾਂ ਦਿੰਦੇ ਨਾ 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 ਤੂੰ ਬੋਲੀ ਬੂਮ ਤੂੰ ਤਾਂ ਦਿੰਦੇ ਗੁਰੀ ਮਾਮਾ ਤੁਸੀਂ ਬੋਲੋ ਬੋਲਿਆ ਬੋਲਿਆ ਮਾੜਾ ਗੁਰੀ ਵੀਰ ਬੂਮ ਬੂਮ ਤੂੰ ਤਾਂ ਦਰਸ ਤੂੰ ਬੋਲ ਕੇ ਮੇਰੀ ਵਾਰੀ ਨਹੀਂ 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 ਬੋਲੇ ਹਿੰਦੀ ਚ ਹਿੰਦੀ ਆ ਹਿੰਦੀ ਭਾਈ ਉਹ ਬੂਮ ਬੂਮ ਤਾਂ ਪੰਜਾਬੀ ਚ ਵੀ ਸੇਮ ਹੈ ਨਹੀਂ ਹਿੰਦੀ ਬੋਲ 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 ਬੂਮ ਬੂਮ ਤੂੰ ਤਾਂ ਦੰਸ ਉਹ ਤਾਂ ਬੜਾ ਚਲੋ ਯਾਰ ਗੱਡੀ ਤੇ ਆਈਏ ਪਹਿਲਾਂ ਤੁਰਦਾ ਤੁਰਦਾ ਗਰਮੀ ਬੜੀ ਸੀ ਵਾ ਤੇਰੇ ਅਸੀਂ ਕਲਪ ਜਾਂਦੇ ਬੈਠੇ ਤੂੰ ਤੇ ਕਲਪਣਾ ਹੀ ਗਰਮ ਚੀਜ਼ਾਂ ਲਾਈਆਂ ਹੁੰਦੀਆਂ ਬੁੱਲਾਂ 'ਚ ਉਹ ਨਹੀਂ ਐਵੇਂ ਕਿੰਨਾ 2000 ਦਾ ਬੂਮ ਬੂਮ ਤੂੰ ਤਾਂ ਉਹਦੇ ਆ ਗੱਲ ਦਾ ਮਤਲਬ ਲੋਕਾਂ ਨੂੰ ਜੇ ਪਤਾ ਨਹੀਂ ਆ ਇਹਦੇ ਵੀ ਪੁੱਛਣਗੇ ਆਪਾਂ ਨੂੰ ਨਹੀਂ ਬੜੀ ਜਨਤਾ ਬਾਹਰ ਆ ਸਾਰਿਆਂ ਨੂੰ ਪਤਾ ਹੋਣਾ ਨਹੀਂ ਨਹੀਂ ਪਤਾ ਜਿੱਦਾਂ ਮੈਨੂੰ ਪੁੱਛਦੇ ਸੀ ਵਿੱਚ ਮੈਸੇਜ ਆਉਂਦੇ ਸੀ ਮੁੰਡਿਆਂ ਦੇ ਕੁੜੀਆਂ ਦੇ ਕਿ ਠਾਕਰ ਕੌਣ ਆ
ਉਹ ਠਾਕਰ ਲੇਜਰ ਨਹੀਂ ਸਮਝ ਸਕਦੇ ਠਾਕਰ ਕੌਣ ਆ। ਦੋ ਤਿੰਨ ਬੰਦੇ ਨੇ ਤਾਂ ਦੋ ਤਿੰਨ ਬੰਦੇ ਨੇ ਤਾਂ ਪਤਾ ਲੱਗ ਗਿਆ ਸ਼ੰਕਰ ਦਾ ਭਰਾ ਹੀ ਭਾਜੀ ਨੇ ਦੱਸ ਸ਼ੰਕਰ ਸ਼ੰਕਰ ਇਹ ਵੀ ਚੀਜ਼ਾਂ ਨਹੀਂ ਪਤਾ ਗਈਆਂ ਨੂੰ ਯਾਰ ਅਸੀਂ ਸਿੱਧੀ ਗੱਲ ਨਹੀਂ ਕਰ ਸਕਦੇ ਉਹ ਥੋੜਾ ਜਿਹਾ ਉਹਦਾ ਮੀਨਿੰਗ ਵੱਡੇ ਵੀ ਦਾਦੇ ਮੋਨਸੋ ਦੇ ਪੋਤਰੇ ਹੀ ਜਿੱਦਾਂ ਗੱਲਾਂ ਪਤਾ ਕੀ ਹੁੰਦੀਆਂ ਹੁਣ ਆਪਾਂ ਕਈ ਨਾ ਵਲੌਗ ਜਿਹਾ ਸਿੱਧੀ ਗੱਲ ਤੇ ਕੱਢਣ ਰਹੇ ਹੁਣ ਉਹਦੀ ਚੀਜ਼ਾਂ ਦੇ ਅਸੀਂ ਥੋੜੇ ਮੀਨਿੰਗ ਹੋਰ ਚੇਂਜ ਕਰਤੇ ਆ ਲੈਣ ਕੇ ਪੌੜੇ अंकल दिल पे हाथ रख के बोलो समझ नहीं आया गल होती ना चल यार हम सारे फन भी करते इंजॉय भी करते कई बार विद्वान भी होंगे ਉਹ ਨਿੱਕੀ ਜਿਹੀ ਗੱਲ ਦਾ ਮੁੱਦਾ ਬਣਾ ਲੈਂਦੇ ਆ ਗੱਲ ਹੋਰ ਕੋਈ ਨੀ ਆ ਮੇਨ ਵਾਲੀ ਗੱਲ ਹੈ ਕਿ ਗੱਡੀ ਤੇ ਉਹਦੇ ਵੀਲ ਪਾਈਏ ਬਲੌਗ ਬੜਾ ਲੰਮਾ ਹੋਣਾ ਮੈਂ ਤੁਹਾਨੂੰ ਦੱਸਣ ਡਿਆ ਅੱਜ ਗੱਲ ਹਾਂ ਸਮਕੋਲ ਜਿਹੜਾ ਮੁੱਕਦਾ ਨੀ ਭਰਾਵਾ ਮੇਰੇ ਨਾਲ ਦੇ ਗੁਰਾ ਬ੍ਰਿਸ਼ਤਾ ਤੋਂ ਘੱਟ ਗੱਲ ਹੀ ਨੀ ਕਰਦੇ ਹੈਗੇ ਤੇ ਅਸੀਂ ਅਸਲ ਵਿੱਚ ਢਾਬਿਆਂ ਚਾਹਵਾਂ ਪੀਣ ਵਾਲੇ ਹਾਂ ਜਿੱਦਣ ਸਾਡੇ ਕੋਲ ਪੈਸੇ ਕਿਤੇ ਮਾੜੇ ਮੋਟੇ ਸੁੱਖ ਨਾਲ ਵੱਧ ਆ ਜਾਂਦੇ ਫਿਰ ਅਸੀਂ ਬ੍ਰਿਸ਼ਤਾ ਬਹਿ ਜਾਂਦੇ ਆ ਕੇ ਚੱਲ ਜੱਗੀ ਨੂੰ ਪੈਸੇ ਆਏ ਸੀ ਤੇ ਮੈਂ ਫਿਰ ਕਿਉਂ ਨਾ ਬ੍ਰਿਸ਼ਤਾ ਬੈਠਿਆ ਜਾਵੇ ਹੈ ਕੀ ਪੀਓਗੇ ਫਿਰ ਸ਼ਾਹ ਜੀ ਵਿਗ ਲੱਗੀ ਜੇ ਬੋਲਾਂ ਮੈਂ ਸਾਰਿਆਂ ਦੀ ਖੋਲੂਗਾ ਹੈ ਦੱਸੋ ਕੀ ਪੀਣਾ ਵਾ ਲੱਗੇ ਦੱਸ ਕੀ ਪੀਣਾ ਤੁਸੀਂ ਤੁਸੀਂ ਅੱਜ ਐਕਸਪ੍ਰੈਸੋ ਪੀਵਾਂਗੇ ਅੱਜ ਜਿਹੜੀ ਹੈ ਪਿੰਨੀ ਹੈ ਨਾ ਪਿੰਨੀ ਚੰਗੀ ਤਰ੍ਹਾਂ ਖੁਰਨੀ ਚਾਹੀਦੀ ਹੈ ਫਿਰ ਆਊ ਮਜ਼ਾ ਪੂਰਾ ਹੈ ਚਲੋ ਦੋ ਆਟੋ ਫਿਰ ਜਾ ਕੇ ਮੈਂ ਤਾਂ ਨਹੀਂ ਜਾਣਾ ਜੱਗਾ ਭਾਈ ਦੇਵੇ ਤੁਸੀਂ ਕੀ ਪੀਣਾ ਵਾ ਮੈਂ ਵੀ ਉਹੀ ਐਕਸਪ੍ਰੈਸੋ ਚਾਰ ਡਬਲ ਡਬਲ ਸ਼ਾਹ ਜੀ ਕਰਦੇ ਹੋ ਚਾਰ ਐਕਸਪ੍ਰੈਸੋ ਮੈਨੂੰ ਤਾਂ ਨਾਮ ਨਹੀਂ ਜਾਣਾ ਹੁੰਦਾ ਆਪ ਬਣਾਈ ਮੋਹਿਤ ਵੀਰੇ ਸ਼ਾਰਟ ਬਣਾ ਦਿੰਦਾ ਕਿਆ ਤੂੰ ਐਕਸਪ੍ਰੈਸ ਕਰ ਦੋ ਟਿੱਲੋ ਐਕਸਪ੍ਰੈਸ ਰੋਜ਼ ਜਾਂਦੀ ਕਰੋ ਪਿੱਛੇ ਹੈ ਜੱਗਾ ਸਲੋ ਮੋਸ਼ਨ ਵੀਡੀਓ ਕੱਢਦਾ ਆ ਕਾਫੀ ਪੀ ਕੇ ਪੂਰੀ ਲਹਿਰ 'ਚ ਆਏ ਜੱਗੇ ਪਾਇਆ ਗੱਲ ਪੁੱਛਣੀ ਤੈਨੂੰ ਆਇਆ ਗੁਰੀ ਵੀਰ ਮੁੱਛਾਂ ਇੱਧਰ ਵੇਖੀ ਜਾਇਓ ਮੁੱਛਾਂ ਮੇਰੀਆਂ ਵੇਖ ਲਓ ਜੱਗੀ ਦੀਆਂ ਮੈਂ ਗੱਲ ਕਟਾ ਲਿਆਂਦੀਆਂ ਹੱਥ ਮੇਰੇ ਚੈੱਕ ਕਰੀ ਜਾਓ ਮੁੱਛਾਂ ਇੱਧਰ ਵੇਖੀ ਜਾਇਓ ਜੱਗੇ ਪਾ ਇੱਕ ਤੈਨੂੰ ਗੱਲ ਪੁੱਛਦਾ ਵਾਂ ਜਿੱਦਾਂ ਮੰਨ ਲਾ ਤੂੰ ਨਾਲ ਦੀ ਨੂੰ ਮਿਲਣ ਜਾਣਾ ਆਪਣੀ ਨੂੰ ਹਾਂਜੀ ਜਿੱਦਾਂ ਹੁਣ ਤੂੰ ਕੂਲੀ ਭੁਲਾਉਂਦਾ ਵਾਂ ਹਾਂਜੀ ਪੈਰਸ ਪਾ ਜਾ ਗੱਲ ਪੁੱਛੀ ਇਹਨੂੰ ਜਿੱਦਾਂ ਤੂੰ ਕੂਲੀ ਭੁਲਾਉਂਦਾ ਵਾ ਜਿਹੜਾ ਮਤਲਬ ਤੁਹਾਨੂੰ ਚੇਤਾ ਭੁੱਲ ਜੇ ਕੱਢ ਕੇ ਜਾਣਦਾ ਉੱਥੇ ਜੇ ਕੱਢਣੀ ਪਵੇ ਤੇ ਫਿਰ ਕਿੱਦਾਂ ਕਰਦਾ ਨਾ ਕੀ ਕਹਿਣਾ ਨਾ ਨੂੰ ਉਸਤਾਦ ਜੀ ਤੁਸੀਂ ਖਲੋਤੇ ਜੇ ਮੇਰੇ ਲਾਗੇ ਇੱਥੇ ਹਾਂ ਤੇ ਇੱਥੋਂ ਫੋਰਾ ਵਜੂ ਕੂਲੀ ਭਜਾਊ ਪੌਣੇ 5 ਫੁੱਟ ਤੇ ਕੂਲੀ ਵਾਲੀ ਆਵਾਜ਼ ਆਉਂਦੀ ਜਿਹੜੀ ਉਸੇ ਚੀਜ਼ ਦੀ ਹੁੰਦੀ ਹੈ ਨਹੀਂ ਨਹੀਂ ਜਦੋਂ ਫੁਹਾਰਾ ਮਾਰੇਗਾ ਉਹਨੂੰ ਪਤਾ ਲੱਗੂ ਕਿੰਨੇ ਫਰਾਟਾ ਮਾਰਿਆ ਲੈ ਬਹਾਨਾ ਕੀ ਮਾਰਦਾ ਨਾ ਇੱਕ ਮਿੰਟ ਬੁੱਗੂ ਛੇਕ ਆ ਗਈ ਰੋ ਜਾਂਦੀ ਕੂਲੀ ਪੌਣੇ 2 ਫੁੱਟ ਤੇ ਕਹਿੰਦੇ ਮੁੰਡੇ ਵਿੱਚ ਬਹਿ ਕੇ ਗੱਡੀ ਧਵਾਉਣ ਡੇ ਆ ਭੀੜ ਜ਼ਿਆਦੀ ਸੀ ਸਰਵਿਸ ਸਟੇਸ਼ਨ ਤੇ ਅਸੀਂ ਸੋਚਿਆ ਕਿ ਵਿੱਚ ਬਹਿ ਕੇ ਧਵਾ ਲਈਏ ਟਾਈਮ ਬਾਹਰੋਂ ਹੀ ਕਰਾ ਲਈ ਸਰਵਿਸ ਬਾਹਰੋਂ ਹੀ ਕਰਾ ਲਈ ਗੱਡੀ ਦੀ ਅਸੀਂ ਰਾਜੇ ਬੱਚੇ ਆ ਕੀ ਕਰੀਏ ਉਹਦੇ ਤਾਂ ਬਹੁਤ ਬਹੁਤ ਛੇਤੀ ਯਾਦ ਕਰਦੇ ਵੀ ਰਾਣੀ ਖੁਸ਼ ਹੋ ਗਈ ਹੋਣੀ ਅੱਜ ਕੇ ਆ ਵਾਓ ਤੇ ਲਓ ਵਾਓ ਅੱਜ ਤੂੰ ਮੈਨੂੰ ਉਹ ਵੀਲ ਪਵਾ ਲੱਗਾ ਜਿਹਦੇ ਵਿੱਚ ਮੈਂ ਬਹੁਤ ਜ਼ਿਆਦਾ ਜੱਚਦੀ ਹਾਂ ਲੋ ਵੀ ਮੋਹਾਲੀ ਸਵੀਡਨ ਸੈਂਟਰ ਪੈਰਸ ਵੀਰ ਦੀ ਦੁਕਾਨਾਂ ਤੇ ਪਹੁੰਚ ਚੁੱਕੇ ਆ ਵੀਲ ਹੱਬ ਵਾਲਾ ਸਾਡਾ ਭਰਾ ਹੈ ਆਏ ਓਏ ਆਏ ਲਿਸ਼ਕਾ ਮਾਰਦੇ ਵੇ ਹੈ ਪੁਰਾਣੇ ਵੀਰ ਵੀ ਕੱਢ ਕੇ ਰੱਖੇ ਪੈਰਸ ਪਰ ਆਪਾਂ ਉਹ ਨਹੀਂ ਪਾਉਣੇ ਯਾਰ ਯੂ ਨੋ ਓਨਲੀ ਐਸ ਵੀਲਸ ਚਲੋ ਵੇਖੀਏ ਕੀ ਇਹਨਾਂ ਦਾ ਇਹ ਕਿਹੜਾ ਵਿੰਗਾ ਹੋਇਆ ਕਰਦਾ ਸਰਾਈ ਸਹੀ ਕਰਾਤਾ ਸਰਾਈ ਕਰਾਤਾ ਜੀ ਉਹ ਹੈ ਭਾਊ ਸਹੀ ਕਰਾਤਾ ਜੀ ਨਾ ਹਾਏ ਵੇ ਵੀ ਲੱਭ ਵਾਲਿਆ ਵੇ ਰੇ ਮੈਂ ਪੈਰਸ ਭਾ ਮੈਨੂੰ ਕਰਕੇ ਦੇ ਡਾਊਟ ਕਲੀਅਰ ਆ ਜਿਹੜਾ ਫਿਊਲ ਪਿਆ ਵਾ ਇਹ ਓਰੀਜਨਲ ਆ ਤੇ ਆ ਇਹ ਡੁਪਲੀਕੇਟ ਆ ਨਾ
ਲੋਕੀ ਡੁਪਲੀਕੇਟ ਫਿਊਲ ਕਾਊਂਟਰ ਪਾ ਪਾ ਕੇ ਤੇ ਓਰੀਜਨਲ ਦੇ ਲਾਉਂਦੇ ਸਟicker ਇੱਥੇ ਇੱਥੇ ਲੱਗਣਾ ਸਟicker ਵੀ ਲਾਏ ਹੋਏ ਦੇਖੋ ਇੱਥੇ ਵੀ ਲੱਗਾ ਵਾ ਅਸਲ ਦੇ ਵਿੱਚ ਓਰੀਜਨਲ ਵੀਲ ਹੈਗਾ ਆ ਬਰਾਬਰ ਕਰਿਓ ਆ ਜਮਾ ਡੀਪ ਨੀ ਤੇ ਉਹ ਕਿੰਨਾ ਡੀਪ ਵੀਲ ਆ ਆ ਵਾ ਓਰੀਜਨਲ ਫਿਊਲ ਆ ਡੁਪਲੀਕੇਟ ਜਿਹੜੇ ਆ ਕਈ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਆ ਵੀਡੀਓ ਆ ਕਿ ਡੁਪਲੀਕੇਟ ਫਿਊਲ ਪਾਈ ਜਾਂਦੇ ਆ ਗੱਡੀਆਂ ਦੇ ਓਰੀਜਨਲ ਕਹਿ ਕਹਿ ਕੇ ਹੈ ਤਾਂ ਹੀ ਰੱਖੇ ਹੋ ਭਾਜੀ ਮੰਗਾ ਕੇ ਹਾਂ ਮੰਨਦੇ ਨਹੀਂ ਨਹੀਂ ਓਰੀਜਨਲ ਓਰੀਜਨਲ ਆ ਓਰੀਜਨਲ ਨਹੀਂ ਆ ਆ ਓਰੀਜਨਲ ਓਰੀਜਨਲ ਦੀ ਨਿਸ਼ਾਨੀ ਕੀ ਆ ਕਿ ਜਿੱਥੇ ਫਿਊਲ ਲਿਖਿਆ ਉਹ ਵੀ ਵਿੱਚ ਖੁਬਿਆ ਹੋਇਆ ਵਾ ਆ ਸਟicker ਲਾ ਕੇ ਜਿੱਦਾਂ ਹੁਣ ਇਹਦੇ ਥਾਂ ਖਾਲੀ ਛੱਡੀ ਆ ਇੱਥੇ ਸਟicker ਲਾ ਦੇਣਾ ਬਣਵਾ ਕੇ ਇਹ ਫੁੱਦੂ ਬਣਾਈ ਜਾਂਦੇ ਕਈ ਦੁਕਾਨਾਂ ਵਾਲੇ ਮੇਰਾ ਭਰਾ ਬਚ ਕੇ ਰਹੋ ਪੈਸੇ ਵੀ ਠੋਕ ਕੇ ਲਈ ਜਾਂਦੇ ਆ ਕਿਆ ਬਾਤ ਹੈ ਪੈਰਸ ਪਾ ਵੱਟ ਕੱਢੇ ਪਏ ਹੈ ਇੱਥੋਂ ਹੀ ਪਾਈਦਾ ਇੱਥੋਂ ਹੀ ਪਾਈਦੇ ਪੈਰਸ ਪਾ ਲਾਮਾ ਨਹੀਂ ਹੋਣਾ ਚਾਹੀਦਾ ਯਾਰ ਮੇਰੇ ਭਰਾ ਕੋ ਆ ਕੇ ਨਾਂ ਲੈ ਦਿਓ ਮਾਨ ਤਾਂ ਨਾ ਕਰੂਗਾ ਨਾ ਫਿਰ ਮੈਨੂੰ ਫੋਨ ਲਾ ਦਿਓ ਠੀਕ ਹੈ ਪੈਰਸ ਪਾ ਕਰੇਗਾ ਨਾ ਮਾਨ ਤਾਂ ਜਿਹੜਾ ਮੇਰਾ ਨਾਂ ਲਊਗਾ ਬਸ ਠੀਕ ਆ ਲਓ ਵੀ ਅੱਜ ਤੁਹਾਨੂੰ ਹੋਰ ਵੀਲ ਵਿਖਾਉਂਦੇ ਆ ਇਹਦੇ ਉੱਤੇ ਦਾ ਸਟੋਕ ਹੀ ਵੀਲਾਂ ਦਾ ਥੱਲੇ ਦਾ ਸਟੋਕ ਤੁਹਾਨੂੰ ਚੈੱਕ ਕਰਾਉਂਦੇ ਆ ਚਲੋ ਹਾਂਜੀ ਅਸਲੀ ਮਾਲ ਤੇ ਮਹਿੰਗਾ ਮਾਲ ਥੱਲੇ ਰੱਖਿਆ ਪੈਸੇ ਪਾਣੇ ਹੈ ਕਿਉਂ ਗਰੀਬ ਆ ਸਹੀ ਆ ਸਹੀ ਆ ਅਸਲੀ ਮਾਲ ਤੇ ਥੱਲੇ ਰੱਖਿਆ ਲਗਾ ਕੇ ਜਿੰਨੇ ਲੋਕ ਮੈਨੂੰ ਫੋਲੋ ਕਰਦੇ ਪਿਆਰ ਕਰਦੇ ਆ ਕਿ ਤੁਸੀਂ ਜੋ ਮੈਂ ਕਹਿ ਦਾ ਤੁਸੀਂ ਮੰਨਦੇ ਜੇ ਮੈਂ ਨੀ ਚਾਹੁੰਦਾ ਕਿ ਤੁਹਾਡੇ ਨਾਲ ਠੱਗੀ ਠੋਰੀ ਹੋਣ ਕਿਉਂਕਿ ਓਲਾ ਬੜਾ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਓਲਾ ਵਾ ਹੁਣ ਫਿਊਲ ਕਾਊਂਟਰ ਜਿਹੜੇ ਆਉਂਦੇ ਆ ਉਹ ਡੁਪਲੀਕੇਟ ਹੀ ਲੋਕੀ ਪਾਈ ਜਾਂਦੇ ਆ ਕਹਿ ਕੇ ਓਰੀਜਨਲ ਮੈਨੂੰ ਮੇਰੇ ਖੁਦ ਦੇ ਯਾਰਾਂ ਦੋਸਤਾਂ ਦਾ ਫੋਨ ਆਇਆ ਕਿ ਬਾਈ ਉਹ ਤੇ ਇੰਨੇ ਸਸਤੇ ਦੇ ਆਉਂਦੇ ਆ ਫਿਰ ਉਹਨਾਂ ਨੂੰ ਸਮਝਾਇਆ ਕਿ ਬਾਈ ਸਟicker ਲੱਗੇ ਹੋਏ ਆ ਕਨਫਰਮ ਕਰ ਲਓ ਬਿਲਕੁਲ ਓਰੀਜਨਲ ਤੇ ਡੁਪਲੀਕੇਟ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਵਾ ਹੁਣ ਤੁਹਾਨੂੰ ਉੱਪਰ ਜਿਹੜਾ ਵੀਲ ਵਿਖਾਇਆ ਸੀ ਉਹਦੀ ਜਿਹੜੀ ਆ ਉਹ ਡੀਪਨੈਸ ਹੀ ਕਿੰਨੀ ਜ਼ਿਆਦੀ ਆ ਜਦੋਂ ਪਿਆ ਥਾਰ ਦੇ ਤਾਂ ਥਾਰ ਆਪਣੇ ਆਪ ਘੈਂਟ ਲੱਗਣੀ ਆ ਇਹ ਚੀਜ਼ਾਂ ਵਾਸਤੇ ਤੁਹਾਨੂੰ ਮੈਂ ਦੱਸਣ ਡਿਆ ਕਿ ਐਵੇਂ ਪੈਸੇ ਨਾ ਖਰਾਬ ਕਰੋ ਕਿਉਂਕਿ ਜਿਹੜੇ ਸ਼ੌਂਕ ਹੁੰਦੇ ਆ ਨਾ ਘਰੋਂ ਪੈਸੇ ਲੈ ਕੇ ਬਹੁਤ ਘੱਟ ਪੂਰੇ ਜਾਂਦੇ ਮੈਂ ਖੁਦ ਦੇ ਪੈਸਿਆਂ ਦੇ ਪੂਰਦਾ ਮੈਂ ਚਾਹੁੰਦਾ ਕਿ ਤੁਸੀਂ ਵੀ ਖੁਦ ਦੇ ਪੈਸੇ ਕਮਾ ਕੇ ਫਿਰ ਸ਼ੌਂਕ ਪੂਰੋ ਮਜ਼ਾ ਫਿਰ ਆਉਂਦਾ ਪੈਸਿਆਂ ਦੀ ਕਿਸੇ ਨੂੰ ਕਮੀ ਨਹੀਂ ਹੁੰਦੀ ਬਿਲਕੁਲ ਹਰ ਇੱਕ ਦੇ ਘਰਦਿਆਂ ਕੋਲ ਬਹੁਤ ਪੈਸਾ ਹੁੰਦਾ ਵਾ ਪਰ ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਖੁਦ ਦੇ ਪੈਸੇ ਕਮਾਉਂਦੇ ਨਾ ਤੁਸੀਂ ਉਹ 'ਚੋਂ ਸ਼ੌਂਕ ਪੂਰੇ ਕਰੋਗੇ ਨਾ ਮਨ ਨੂੰ ਤਸੱਲੀ ਮਿਲਦੀ ਕਿਤੇ ਸਕੂਨ ਮਿਲਦਾ ਇੱਕ ਦਿਨ ਮੈਂ ਹੋਰ ਗੱਲ ਦੱਸਦਾ ਪੈਸੇ ਪਾ ਅੱਗੇ ਪਾ ਹਾਂਜੀ 2015-16 ਦੇ ਵਿੱਚ ਜਦੋਂ ਮੈਂ ਨੌਕਰੀ ਨਹੀਂ ਕਰਦਾ ਸੀ ਖੇਤੀਬਾੜੀ ਕਰਦਾ ਸੀ ਉਦੋਂ ਘਰੋਂ ਜਿੱਦਾਂ ਫਸਲ ਲੈ ਕੇ ਜਾਣੀ ਕੋਈ ਘਰਦਿਆਂ ਨੇ ਚੀਲ ਲੈਣ ਭੇਜਣਾ ਉਹਦੇ ਵਿੱਚ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਨਾ ਫਿਰ ਮੈਂ ਨੋਟ 3 ਫੋਨ ਲਿਆ ਸੀ ਅਤੇ ਇੱਦਾਂ ਪੈਸੇ ਥੋੜ੍ਹੇ ਥੋੜ੍ਹੇ ਜੋੜਦੇ ਰਿਹਾ ਕਰੋ ਆਪਣੇ ਸ਼ੌਂਕ ਇਹਨਾਂ ਪੈਸੇ ਨਾਲ ਪੂਰੇ ਕਰ ਲਿਆ ਕਰੋ ਕਿਉਂਕਿ ਪੈਸੇ ਵੀ ਘਰੋਂ ਲੈਣੇ ਅਤੇ ਚੀਜ਼ ਵੀ ਘਰ ਵਾਸਤੇ ਲੈ ਆਉਣੀ ਉਹ ਚੀਜ਼ ਹੁੰਦੀ ਆ ਅਤੇ ਐਵੇਂ ਘਰਦਿਆਂ ਨੂੰ ਤੰਗ ਨਾ ਕਰਿਆ ਕਰੋ ਮਤਲਬ ਤੁਸੀਂ ਸਾਰੇ ਮੇਰੀ ਵੀਡੀਓ ਕਹਿੰਦੇ ਪਿਆਰ ਕਰਦੇ ਜੇ ਉਹ ਗੁਜ਼ਾਰਾ ਕਿੱਦਾਂ ਚੱਲਣ ਡਿਆ ਮੈਨੂੰ ਪਤਾ ਵਾ ਲੋਕ ਕਹਿੰਦੇ ਆ ਬਾਈ ਫੁਕਰੀ ਮਾਰਦੇ ਆ ਇਹ ਕਰਦੇ ਆ ਉਹ ਕਰਦੇ ਆ ਡਾਰਲਿੰਗ ਫੁਕਰੀ ਸਾਰੇ ਮਾਰਦੇ ਚੀਜ਼ਾਂ ਲੋਕਾਂ ਕੋਲੋਂ ਮੇਰੇ ਤੋਂ ਵੀ ਤਗੜੀਆਂ ਤਗੜੀਆਂ ਗੱਡੀਆਂ ਇਹੋ ਜਿਹੀਆਂ ਮੇਰੇ ਕੋਲ ਤਾਂ ਕੁਛ ਵੀ ਨਹੀਂ ਹੈਗਾ ਮੈਂ ਇੰਨੇ 'ਚ ਬਹੁਤ ਸੰਤੁਸ਼ਟ ਹਾਂ ਕਿ ਹਾਂ ਵੀ ਰੱਬ ਨੇ ਮੈਨੂੰ ਬਹੁਤ ਕੁਝ ਦੇ ਦਿੱਤਾ ਮੇਰੇ ਸੁਪਨੇ ਵੀ ਨਹੀਂ ਪਰ ਮੈਂ ਕਦੀ ਘਰਦਿਆਂ ਨੂੰ ਤੰਗ ਨਹੀਂ ਕੀਤਾ ਕਿ ਹਾਂ ਵੀ ਮੈਨੂੰ ਬਾਪੂ ਆਹ ਚੀਜ਼ ਲੈ ਕੇ ਦੇ ਨਾ ਘਰਦਿਆਂ ਨੇ ਨਹੀਂ ਕਰਨੀ ਤੁਹਾਡੇ ਘਰਦੇ ਤੁਹਾਨੂੰ ਨਾ ਨਹੀਂ ਕਰਨਾ ਕਿ ਤੁਸੀਂ ਕਹੋਗੇ ਤੰਗ ਹੋ ਕੇ ਤੁਹਾਨੂੰ ਚੀਜ਼ ਲੈ ਦੇਣਗੇ ਪਰ ਕੋਸ਼ਿਸ਼ ਕਰਿਆ ਕਰੋ ਕਿ ਤੁਹਾਨੂੰ ਤੰਗ ਨਾ ਕੀਤਾ ਜਾਵੇ ਸਗੋਂ ਆਪਣੇ ਪੈਸੇ ਦੀ ਚੀਜ਼ ਲੈ ਕੇ ਉਹਨਾਂ ਦੇ ਸਾਹਮਣੇ ਰੱਖਿਆ ਕਰੋ ਉਹ ਵੀ ਕਹਿਣਗੇ ਪੁੱਤ ਕਿੱਥੋਂ ਲੈਂਦੀ ਤੂੰ ਇਹ ਵੀ ਨਾ ਕੋਈ ਗਲਤ ਕੰਮ ਕਰਕੇ ਤੁਸੀਂ ਲਿਆਓ ਵਧੀਆ ਕੰਮ ਕਰੋ ਆਪਣਾ ਪੈਸਾ ਕਮਾਓ ਸ਼ੌਂਕ ਛੋਟੇ ਰੱਖ ਲਓ ਜਿਹੜੇ ਹਿਸਾਬ ਨਾਲ ਤੁਸੀਂ ਪੈਸੇ ਕਮਾਉਂਦੇ ਹੋ ਉਸ ਹਿਸਾਬ ਨਾਲ ਸ਼ੌਂਕ ਰੱਖ ਲਓ ਹੁਣ ਮੇਰੀਆਂ ਗੱਡੀਆਂ ਮੇਰੇ ਕੋਲ ਮੈਂ ਮੇਰੀਆਂ ਨਹੀਂ ਆ ਰੱਬ ਦੀ ਦਿੱਤੀਆਂ ਹੋਈਆਂ ਵਾ ਕਿਸ਼ਤਾਂ ਮੈਂ ਭਰਦਾ ਵਾਂ ਲੋਕ ਕਹਿੰਦੇ ਬਲੈਕ ਕਰਦਾ ਉਹ ਬਈ ਹਰ ਇਕੱਲੀ ਇਕੱਲੀ ਗੱਡੀ ਦੀ ਕਿਸ਼ਤ ਮੈਂ ਭਰਦਾ ਹਾਂ ਸ਼ੌਂਕ ਪੂਰੇ ਕਰਨੇ ਬੜੇ
ਸੌਖੇ ਜੇ ਆਪਾਂ ਤਰੀਕੇ ਨਾਲ ਚੱਲਾਂਗੇ ਤੇ ਸ਼ੌਂਕ ਰੱਖੋ ਹੀ ਉਹਨੇ ਕ ਕਿ ਜਿੰਨੇ ਕੁ ਆਪਾਂ ਪੂਰੇ ਕਰ ਲੈਣੇ ਆ ਕਿ ਹਾਂ ਵੀ ਹੁਣ ਮੈਨੂੰ ਪਤਾ ਮੇਰਾ ਬਜਟ ਇੰਨੇ ਕੁ ਲੱਖ ਦਾ ਵਾ ਇੰਨੇ ਕੁ ਪੈਸਿਆਂ ਦਾ ਵਾ ਮੈਂ ਸ਼ੌਂਕ ਹੀ ਆਪਣੇ ਉਸ ਹਿਸਾਬ ਨਾਲ ਰੱਖ ਲੈਂਦਾ ਵਾ ਨਾ ਆਪ ਤੰਗ ਹੁੰਦਾ ਨਾ ਘਰਦਿਆਂ ਨੂੰ ਤੰਗ ਕਰਦਾ ਤੇ ਸੋ ਇਹਨਾਂ ਵੀਲਰ ਟਾਇਰਾਂ ਦੇ ਚੋਲਾ ਬੜਾ ਜੇ ਕਿਸੇ ਦੇ ਹੱਥੀ ਚੜ ਕੇ ਤੇਜ਼ ਵਾਲਾ ਟੋਕਾ ਨਾ ਫੜਾ ਕੇ ਪਿਆ ਜੀ ਟੀਕਾ ਮੋਟਾ ਨਾ ਲਵਾ ਟੀਕਾ ਮੋਟਾ ਨਾ ਲਵਾ ਲਿਓ ਇਹਦੀ ਬਿਜਲੀ ਗੱਲ ਮੈਂ ਤੁਹਾਨੂੰ ਤਾਂ ਦੱਸਣ ਲਈ ਆ ਵਲੋਗ ਬਣਾਇਆ ਵਾ ਤੇ ਆਪਣਾ ਭਰਾ ਵਾ ਤੇ ਸਭ ਤੁਸੀਂ ਕਹਿੰਦੇ ਸ਼ੌਂਕ ਸ਼ੌਂਕ ਜਿਹੜੇ ਤੁਹਾਨੂੰ ਮੈਂ ਕਹਿੰਦਾ ਸ਼ੌਂਕ ਪੂਰੇ ਕਰਨੇ ਕਿੱਡੇ ਸੌਖੇ ਆ ਇਹ ਵੀਰ ਦੀ ਪਿੱਠ ਸੁਣਦੀ ਆ 6.5 ਲੱਖ ਰੁਪਇਆ ਮੇਰਾ ਉਧਾਰ ਇਹਦੇ ਵੱਲ ਪਿਆ ਵਾ ਤੇ 7 ਮਹੀਨੇ ਹੋ ਗਏ ਤਾਂ ਕਿੰਨੇ ਪੈਸਾ ਨਹੀਂ ਮੰਗਿਆ ਤੇ ਤੁਹਾਡੇ ਨਾਲ ਹੀ ਉਧਾਰ ਕਰਨਾ ਇਹਨੇ ਨਹੀਂ ਖਰਾਬ ਕਰੋਗੇ ਮੈਨੂੰ ਪਤਾ ਬਾਅਦ ਤੇ ਗੱਲ ਕਰਦੀ ਕਿ ਸ਼ੌਂਕ ਵੀ ਪੂਰਾ ਹੋ ਗਿਆ ਤੇ ਭਰਾ ਜਾ ਰਹੀ ਵੀ ਆ ਜਿੱਦਣ ਹੋਏ ਸਾਡੇ ਕੋਲ ਦੇ ਦਾਂਗੇ ਇਹਦੀ ਇਹ ਗੱਲ ਸਾਡੇ ਕੋਲ ਮੰਗਦਾ ਨੀ ਜਦੋਂ ਉਹਨੇ ਕਿਹਾ ਲੈ ਲਾ ਉਦੋਂ ਲੈਂਦਾ ਨੀ ਆ ਜਦੋਂ ਇਹਨੂੰ ਲੋੜ ਪੈ ਗਈ ਅਸੀਂ ਤੂੰ ਦੇਣੇ ਨੀ ਇਹਨੂੰ ਖਰਾਬ ਕਰਾਂਗੇ ਫਿਰ ਸਾਡੇ ਕੋਲ ਮੰਗਿਆ ਕਰੂਗਾ ਇਹ ਤੇ ਸੋ ਇਹ ਆ ਕਿ ਚੀਜ਼ ਵੇਖ ਕੇ ਪਾਇਆ ਜਿੰਨੇ ਵੀ ਪਾਉਣੀ ਆ ਇਹ ਵੀ ਇੱਦਾਂ ਇਹ ਆ ਕਿ ਜਿਹੜਾ ਵੀਰ ਮੇਰੇ ਨਾਂ ਲਿਆ ਕੇ ਖਵਾਊਗਾ ਜੇ ਚੀਜ਼ ਮਾੜੀ ਪਾਊਗਾ ਉਹਦਾ ਅਸੀਂ ਆਪਣੇ ਆਪ ਇਹਦਾ ਹਿਸਾਬ ਕਰਾਂਗੇ ਬਾਈ ਸਾਡੇ ਬੰਦੇ ਨੂੰ ਖਰਾਬ ਕੀਤਾ ਇਹਦੀ ਮੈਂ ਗਰੰਟੀ ਚੁੱਕਦਾ ਭਰਾ ਦੀ ਓਰਿਜਨਲ ਚੀਜ਼ ਨੂੰ ਓਰਿਜਨਲ ਦੱਸ ਕੇ ਪਾਊਗਾ ਡੁਪਲੀਕੇਟ ਨੂੰ ਡੁਪਲੀਕੇਟ ਦੱਸ ਕੇ ਪਾਊਗਾ ਤੇ ਬਾਕੀ ਆਪਣੀ ਐਂਡੈਵਰ ਤਿਆਰ ਕਰਦੇ ਹਾਂ ਵੀਰ ਦੇ ਕੋਲੋਂ ਫਿਰ ਤੁਹਾਨੂੰ ਪਾਉਂਦੇ ਸ਼ਾਮਾਂ ਨੂੰ ਫਿਰ ਦੁਬਾਰਾ ਉਹੀ ਲੁੱਕ ਕਰ ਆਪਾਂ ਕਿਉਂ ਨਹੀਂ ਲਗਵਾਈਆਂ ਲੰਡਾ ਜਿਹਾ ਕਰਦਾ ਵੀਲ ਗੁਰੂਆ ਤੂੰ ਤੇ ਹੈ ਪਰ ਰਾਣੀ ਦੀ ਅੱਤ ਕਰਾਤੀ ਪਰਾਂ ਸਰਪੰਚ ਸਵੇਰੇ ਕਿੱਥੇ ਸੀ ਸਵੇਰੇ ਕਿੱਥੇ ਸੀ ਸਾਡੇ ਨਾਲ ਕਿੱਥੇ ਆਇਆ ਮਾਮਾ ਤੂੰ ਸਵੇਰੇ ਸਵੇਰੇ ਸਰਪੰਚ ਹੋਣੀ ਕਿਤੇ ਮਾਰ ਤੇ ਗਿਆ ਸੀ ਹੈ ਫਲੈਟ ਦੀ ਸਫਾਈ ਕਰਾਉਣ ਡਿਆ ਸਰਪੰਚ ਯਾਰ ਸਵੇਰੇ ਲਓ ਵੀ ਵੀਲਾਂ ਵਾਲਾ ਕਰਦ ਤੇ ਚਿੱਪ ਤੇ ਬਸ ਲਾਉਣ ਵਾਲੇ ਰਹਿ ਗਏ ਆ ਤੇ ਕੀ ਗੁਰੀ ਵੀਰ ਕੀ ਆਉਂਦੇ ਹੁੰਦੇ ਇਹਨਾਂ ਨੂੰ ਕੱਪ ਲਾਉਣ ਰਹਿ ਗਏ ਬਾਕੀ ਤੇ ਗੱਡੀ ਆਪਣੀ ਆ ਗਈ ਉਸੇ ਹਾਲਤ 'ਚ ਵਿਚਾਰੀ ਹੈ ਆਂਦੀ ਨਹੀਂ ਗੁਰੂਆ ਮੇਰੀ ਹਾਲਤ ਹੀ ਮਾੜੀ ਕਰਤੀ ਤੁਸੀਂ ਸ਼ਰੀਫ ਜੀ ਬਣਾਤਾ ਸੀ ਹੁਣ ਲੱਗਦੀ ਪੂਰੀ ਗੁੰਡਾ ਕਰਦੀ ਜੀ ਵਾਲੀ ਲਓ ਵੀ ਪਵਾ ਦੇ ਰਾਣੀ ਨੂੰ ਕਿਆ ਬਾਤ ਹੈ ਉਹ ਜਾ ਬਾਜ ਜਾ ਤੂੰ ਮੈਨੂੰ ਸਟੋਰੀ ਪਾ ਦੇ ਹਾਂ ਸਟੋਰੀ ਪਾਉਂਦੇ ਗੁਰੀ ਵੀਰ ਨੂੰ ਤੁਹਾਨੂੰ ਗੱਲਾਂ ਹੀ ਆ ਪਈਆਂ ਵੀਡੀਓ ਬਣਾ ਲਈ ਕੋਈ ਨਹੀਂ ਗੱਡੀ ਆਪਣੇ ਕੋਲ ਹੀ ਰਹਿਣੀ ਮਾਮਾ ਬੂਮ ਬਾਈ ਬਲੈਕ ਬੂਮ ਬਾਈ ਬਲੈਕ ਨਾ ਨਾ 4.5 ਲੱਖ ਭਰਾਵਾ ਇੱਧਰ ਹਾਂ ਪੱਕੀ ਸਹੀ ਗੱਲ ਆ ਲੈ ਕੱਪ ਤੇ ਲਵਾ ਫਿਰ ਗੇੜਾ ਤੇ ਕੱਢੀ ਇੱਕ ਲੋ ਵੀ ਰਾਣੀ ਹੋ ਗਈ ਆਪਣੀ ਤਿਆਰ ਚੱਲ ਰਾਣੀਏ ਮੈਂ ਨਾ ਕੱਲ ਨੂੰ ਗੱਲਾਂ ਲੱਗਣ ਡੀ ਆ ਤੇ ਕਿਆ ਬਾਤ ਹੈ ਵੀ ਪੈਰਸ ਪਾ ਹਟਦਾ ਨੀ ਤੂੰ ਰੱਤ ਕਰਾਉਣਾ ਹੈ ਪਾ ਦਿੱਤੇ ਫਿਰ ਤੂੰ ਵੀਲ ਹੈ ਪਰ ਜਿਹੜੇ ਪਹਿਲੇ ਵਾਲੇ ਸੀ ਨਾ ਜਿਹੜੇ 18 ਇੰਚ ਆਪਾਂ ਪਾਏ ਉਹਨਾਂ ਗੱਡੀ ਚਲਾਉਂਦਾ ਨਜ਼ਾਰਾ ਉਹਦਾ ਨਾ ਆਉਂਦਾ ਵਾ ਜੇ ਸ਼ੌਂਕ ਪੂਰਾ ਕਰਨਾ ਫਿਰ ਵੱਡੇ ਵੀਲ ਪਵਾ ਲਿਓ ਪਰ ਗੱਡੀ ਕੰਫਰਟ ਨਹੀਂ ਰਹਿੰਦੀ ਸੱਚੀ ਗੱਲ ਇਹ ਆ ਸ਼ੌਂਕ ਪੂਰਾ ਹੋ ਜਾਂਦਾ ਮੈਂ ਐਵੇਂ ਕਹੀ ਜਾਵਾਂ ਕੋਈ ਫਰਕ ਨਹੀਂ ਪੈਂਦਾ ਪੈਂਦਾ ਫਰਕ ਤੇ ਬਾਕੀ ਭਰਾ ਬੈਠਾ ਫਰਕ ਪਊਗਾ ਤੇਰੇ ਕੋਲ ਫਿਰ ਆ ਜਾਵਾਂਗੇ ਇਹ ਸਾਡਾ ਦੁਕਾਨ ਵਾਲਾ ਵੀਰ ਨਹੀਂ ਦੁਕਾਨ ਵਾਲਾ ਮੰਨਦੇ ਨੀ ਸਾਡਾ ਭਰਾ ਆ ਇਹ ਹੈ ਦੁਕਾਨ ਪਾਈ ਵੀਲਾਂ ਦੇ ਬਸ ਇਹਨੇ ਹਟ ਕਰਕੇ ਪਾਈ ਮਿੰਟ ਹੋ ਗਿਆ ਹੈ ਬਸ ਸਾਡੇ ਨਾਲ ਇੱਦਾਂ ਧਾਰ ਕਰਦਾ ਰਹੀ ਮੈਂ ਮੰਗਦਾ ਨੀ ਕੀ ਕਰੀਏ ਯਾਰ ਹੈ ਦੱਸਦਾ ਨੀ ਜਦੋਂ ਕਹੀਦਾ ਪੈਸੇ ਗਾੜੀਓ ਕਹਿ ਦਿੰਦਾ ਯਾਰ ਲੈ ਲਾਂਗੇ ਤੇ ਮੈਂ ਉਹਨੂੰ ਕਹਿੰਦਾ ਨਾ ਜਿੱਦਾਂ ਤੂੰ ਮੰਗਿਓ ਤਾਂ ਸਾਡੇ ਕੋਲ ਹੁਣੇ ਨਹੀਂ ਦੇਖਿਓ ਹੋਣਾ ਇੱਦਾਂ ਹੀ ਆ ਲਓ ਜੂ ਯਾਰ ਤੇ ਵਲੋਗ ਕਰੋ ਇੰਜੋਏ ਤੇ ਕਮੈਂਟ ਕਰਕੇ ਦੱਸਿਓ ਵੀਲ ਕਿਵੇਂ ਦੇ ਲੱਗੇ ਵੀਲ ਪਾਏ ਦੇ ਬੜਾ ਟਾਈਮ ਪਹਿਲਾਂ ਸੀ ਪਰ ਵਲੋਗ ਅਸੀਂ ਹੁਣ ਪਾਇਆ ਤੇ ਕਰਿਓ ਚੈੱਕ ਤੇ ਜਿਹਨਾਂ ਨੇ ਟੋਕੇ ਤੋਂ ਬਚਣਾ ਹੋਵੇ ਤੇ ਟੋਕੇ ਤੋਂ ਭਰਾ ਲੈ ਕੇ ਡਾਇਰੈਕਟ ਕਰ ਲਿਓ ਰੇਟ ਜਿਹਾ ਜੀ ਲੱਗ ਜਾਊਗਾ ਠੀਕ ਹੈ ਜਾਣ ਲਵ ਯੂ ਆ ਓਕੇ ਜੀ ਬਾਏ 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 ਕਰੋ ਜੀ ਸਾਰੇ